ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਵਕਤ ਭਾਨਾ ਸਿੱਧੂ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਆ ਰਹੀ ਆ। 3 ਤਰੀਕ ਨੂੰ ਜਿਹੜਾ ਕੁਛ ਬੜਬੜ ਟੋਲ ਪਲਾਜ਼ੇ ਦੇ ਉੱਤੇ ਹੋਇਆ ਉਸ ਸਬੰਧ ਦੇ ਵਿੱਚ ਇੱਕ ਪਰਚਾ ਹੋ ਚੁੱਕਿਆ ਹੈਗਾ ਧਨੌਲੇ ਥਾਣੇ ਦੇ ਵਿੱਚ, ਤੇ ਇਹ ਪਰਚਾ 3 ਤਰੀਕ ਨੂੰ ਸ਼ਾਮ ਦੇ 5-6 ਵਜੇ ਦੇ ਦਰਮਿਆਨ ਇਹ ਪਰਚਾ ਹੋਇਆਗਾ ਤੇ 17 ਬੰਦਿਆਂ ਦੇ ਉੱਤੇ ਬਾਏ ਨੇਮ ਤੇ ਕੁਛ ਅਨਨੋਨ ਦੇ ਨਾਮ ਉਸ ਪਰਚੇ ਦੇ ਵਿੱਚ ਸ਼ਾਮਲ ਆ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਭਾਨੇ ਸਿੱਧੂ ਦੇ ਪਰਿਵਾਰ ਦੇ ਵਿੱਚੋਂ ਭਾਨੇ ਸਿੱਧੂ ਦੇ ਪਿਤਾ ਦਾ ਨਾਮ, ਭਾਨੇ ਸਿੱਧੂ ਦੇ ਭਰਾ ਅਮਨਾ ਸਿੱਧੂ ਦਾ ਨਾਮ, ਭਾਨੇ ਸਿੱਧੂ ਦੀ ਭੈਣ ਕਿਰਨਪਾਲ ਕੌਰ ਦਾ ਨਾਮ, ਭਾਨੇ ਸਿੱਧੂ ਦੀ ਦੂਸਰੀ ਭੈਣ ਸੁਖਪਾਲ ਕੌਰ, ਸਰਬਜੀਤ ਸਿੰਘ ਸਰਪੰਚ, ਪੰਚ ਰਣਜੀਤ ਸਿੰਘ, ਕੁਲਵਿੰਦਰ ਸਿੰਘ ਖਾਲਿਸਤਾਨੀ, ਲੱਖਾ ਸਦਾਣਾ, ਗੁਰਵਿੰਦਰ ਸਿੰਘ, ਸੁਖਪਾਲ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਮੁਖ ਸਿੰਘ, ਜੱਸੀ ਨਿਹੰਗ, ਅਮਰੀਕ ਸਿੰਘ, ਜਸਵੀਰ ਇੰਜੀਨੀਅਰ ਤੇ ਅਨਨੋਨ। ਜਾਣੇ ਕਿ ਭਾਨੇ ਸਿੱਧੂ ਦੇ ਪਰਿਵਾਰ ਦੇ ਉੱਤੇ ਤੇ ਲੱਖਾ ਸਿੰਘ ਸਧਾਣਾ ਦੇ ਉੱਤੇ ਪਰਚਾ ਦਰਜ ਹੋ ਚੁੱਕਿਆ ਹੈਗਾ ਤੇ ਜਿਹੜੀਆਂ ਜਿਹੜੀਆਂ ਧਾਰਾਵਾਂ ਲੱਗੀਆਂ 12 ਅਲੱਗ ਅਲੱਗ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਗੀਆਂ। ਸਭ ਤੋਂ ਜਿਹੜੀ ਪਹਿਲੀ ਧਾਰਾ ਲੱਗੀ ਆ ਉਹ ਨੈਸ਼ਨਲ ਹਾਈਵੇ ਐਕਟ 1956(8)(b) ਲੱਗੀ ਆ, ਫਿਰ ਪੰਜਾਬ ਪ੍ਰਵੈਂਸ਼ਨ ਆਫ ਅ ਡੈਮੇਜ ਟੂ ਅ ਪਬਲਿਕ ਪ੍ਰਾਈਵੇਟ ਪ੍ਰਾਪਰਟੀ ਐਕਟ 2014(4), ਇਹ ਧਾਰਾ ਲੱਗੀ ਆ, IPC 1860 283, 186, 353, 279, 427, 307, 148, 149, 117 ਤੇ 268, ਇਹ 12 ਅਲੱਗ ਅਲੱਗ ਧਾਰਾਵਾਂ ਲਾਈਆਂ ਗਈਆਂ ਗੀਆਂ ਬੜਬੜ ਟੂਲ ਪਲਾਜ਼ੇ ਨੂੰ ਲੈ ਕੇ। ਬੜਬੜ ਟੂਲ ਪਲਾਜ਼ੇ ਦੇ ਉੱਤੇ ਜਿਹੜੀ ਗੱਲਬਾਤ ਹੁੰਦੀ ਆ ਉਸ ਦੇ ਲੈ ਕੇ ਇਹ ਪਰਚਾ ਦਰਜ ਕੀਤਾ ਗਿਆ ਹੈਗਾ। ਥੋੜਾ ਜਿਹਾ ਮੈਂ ਤੁਹਾਨੂੰ ਦੱਸ ਵੀ ਦਊਂਗਾ, ਇਹ ਜਿਹੜਾ ਪਰਚਾ ਹੈਗਾ ਇਹ ਧਨੌਲਾ ਦੇ ਥਾਣੇ ਦੇ ਵਿੱਚ ਦਰਜ ਹੋਇਆ ਹੈਗਾ ਤੇ ਇਹ ਦਰਜ ਹੁੰਦਾ ਹੈਗਾ 3 ਤਰੀਕ ਨੂੰ ਸ਼ਾਮ 5-6 ਵਜੇ ਦੇ ਦਰਮਿਆਨ ਇਹ ਪਰਚਾ ਦਰਜ ਹੁੰਦਾ ਹੈਗਾ। ਥੋੜਾ ਜਿਹਾ ਮੈਂ ਤੁਹਾਨੂੰ ਦੱਸ ਵੀ ਦਿੰਦਾ ਹੈਗਾ ਵੀ ਇਸ ਦੇ ਵਿੱਚ ਹੋਰ ਕਿਹੜੀ ਕਿਹੜੀ ਜਾਣਕਾਰੀ ਦਿੱਤੀ ਗਈ ਆ। ਇਸ ਦੇ ਵਿੱਚ ਦੱਸਿਆ ਗਿਆ ਹੈਗਾ ਵੀ ਪੁਲਿਸ ਪਾਰਟੀ ਨੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਟੋਲ ਪਲਾਜ਼ਾ ਬੜਬਰ ਦੇ ਉੱਤੇ ਫਲਾਨੇ ਫਲਾਨੇ ਬੰਦੇ, ਜਾਣੀ ਕਿ ਉਹਦੇ ਵਿੱਚ ਆ ਸਾਰੇ ਨਾਮ ਸ਼ਾਮਲ ਨੇ ਜਿਹੜੇ ਨਾਮ ਮੈਂ ਪਹਿਲਾਂ ਲਏ ਨੇ। ਮੈਂ ਕੁਛ ਕੁ ਨਾਮ ਤੁਹਾਨੂੰ ਜੇ ਕੁਛ ਰਹਿ ਵੀ ਗਿਆ ਤਾਂ ਤੁਹਾਨੂੰ ਦੱਸ ਦਿੰਦਾਗਾ। ਭਾਨਾ ਸਿੱਧੂ ਦਾ ਪਿਤਾ ਬਿੱਕਰ ਸਿੰਘ, ਭਾਨਾ ਸਿੱਧੂ ਦਾ ਭਰਾ ਅਮਨਾ ਸਿੰਘ, ਭਾਨਾ ਸਿੱਧੂ ਦੀਆਂ ਭੈਣਾਂ ਕਿਰਨਪਾਲ ਕੌਰ, ਸੁਖਪਾਲ ਕੌਰ, ਸਰਬਜੀਤ ਸਿੰਘ ਸਰਪੰਚ ਵਾਸੀ ਕੋਟਦੂਨਾ, ਪੰਚ ਰਣਜੀਤ ਸਿੰਘ ਵਾਸੀ ਭੂਰੇ, ਉਸ ਤੋਂ ਬਾਅਦ ਲੱਖਾ ਸਧਾਣਾ, ਗੁਰਵਿੰਦਰ ਸਿੰਘ ਉਰਫ ਗੱਗੂ, ਸੁਖਪਾਲ ਸਿੰਘ, ਗੁਰਵਿੰਦਰ ਸਿੰਘ ਉਰਫ ਗਿੱਲ, ਬਲਜਿੰਦਰ ਸਿੰਘ ਉਰਫ ਕਿੰਦਾ, ਇੱਦਾਂ ਕਰਕੇ ਸਾਰੇ ਜਿਹੜੇ ਨਾਮ, ਗੁਰਮੁਖ ਸਿੰਘ ਵਾਸੀ ਧਨੌਲਾ, ਜੱਸੀ ਨਿਹੰਗ ਵਾਸੀ ਧਨੌਲਾ, ਅਮਰੀਕ ਸਿੰਘ ਭੈਣੀ ਜੱਸਾ, ਜਸਵੀਰ ਇੰਜੀਨੀਅਰ ਅਤੇ 150 ਤੋਂ 200 ਅਣਪਛਾਤੇ ਵਿਅਕਤੀਆਂ ਤੇ ਨੌਜਵਾਨ ਜੋ ਆਪਣੇ ਨਾਲ ਹੋਰ ਕਾਫੀ ਵਿਅਕਤੀ ਤੇ ਨੌਜਵਾਨਾਂ ਨੂੰ ਇਕੱਠੇ ਕਰਕੇ ਟਰੈਕਟਰ ਟਰਾਲੀਆਂ ਤੇ ਗੱਡੀਆਂ ਭਰ ਕੇ ਨੈਸ਼ਨਲ ਹਾਈਵੇ NH7 ਟੋਲ ਪਲਾਜ਼ਾ ਬੜਬਰ ਨੂੰ ਬਲੌਕ ਕਰਕੇ ਹਾਈਵੇ ਜਾਮ ਕਰਕੇ ਟ੍ਰੈਫਿਕ ਰੋਕ ਦਿੱਤੀ ਸੀ, ਜਿੱਥੇ ਪੁਲਿਸ ਪਾਰਟੀ ਦੇ ਸਮਝਾਉਣ ਤੇ ਉਸ ਤੋਂ ਬਾਅਦ ਸਾਰੇ ਵਿਅਕਤੀਆਂ ਵੱਲੋਂ ਭੀੜ ਵੱਲੋਂ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ। ਇਹ ਸਾਰੀ ਜਾਣਕਾਰੀ ਆ, ਸਾਰੀ ਡਿਟੇਲਡ ਜਿਹੜੇ ਪਰਚੇ ਦੀ ਸਾਡੇ ਕੋਲੇ ਆ ਚੁੱਕੀ ਹੈ ਤੇ 12 ਅਲੱਗ ਅਲੱਗ ਜਿਹੜੀਆਂ ਧਾਰਾਵਾਂ ਲਗਾਈਆਂ ਗਈਆਂ। ਇਹ 3 ਤਰੀਕ ਉਹੀ ਤਰੀਕ ਜਿੱਦਣ ਇੱਕ ਵੱਡਾ ਜਿਹੜਾ ਇਕੱਠ ਹੁੰਦਾ ਹੈਗਾ 17 ਬੰਦਿਆਂ ਦੇ ਉੱਤੇ 22 ਨੇ ਪਰਚਾ ਤੇ 150 ਤੋਂ 200 ਬੰਦਾ ਅਣਪਛਾਤਾ ਜਿਹੜਾ ਇਹਦੇ ਵਿੱਚ ਲਿਖਿਆ ਹੋਇਆ ਹੈਗਾ। 12 ਅਲੱਗ ਅਲੱਗ ਧਾਰਾਵਾਂ ਲਾਈਆਂ, 12 ਧਾਰਾਵਾਂ ਜਿਹੜੀਆਂ ਤੁਹਾਨੂੰ ਦੱਸ ਦਿੰਦੇ ਆ, ਨੈਸ਼ਨਲ ਹਾਈਵੇ ਐਕਟ 8(b) ਲੱਗਿਆ ਗਿਆ ਇਹਦੇ ਵਿੱਚ, ਜਿਹੜਾ ਪ੍ਰਵੈਂਸ਼ਨ ਆਫ ਡੈਮੇਜ ਪਬਲਿਕ ਪ੍ਰਾਈਵੇਟ ਪ੍ਰਾਪਰਟੀ 2014 ਚੌਥੀ ਧਾਰਾ ਉਹਦੀ ਲੱਗੀ ਆ, 283, 186,
357 427 147 148 149 149 ਸੇ 268 ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਭਾਨਾ ਸਿੱਧੂ ਦੇ ਸਾਰੇ ਪਰਿਵਾਰ ਦੇ ਉੱਤੇ ਉਹਦੀਆਂ ਭੈਣਾਂ ਦੇ ਉੱਤੇ ਉਹਨਾਂ ਦੇ ਪਿਤਾ ਜੀ ਦੇ ਉੱਤੇ ਉਹਨਾਂ ਦੇ ਭਰਾ ਦੇ ਉੱਤੇ ਤੇ ਲੱਖਾਂ ਸਧਾਣਾ ਦੇ ਉੱਤੇ ਤੇ ਹੋਰ ਕਈ ਲੋਕਾਂ ਦੇ ਇਹਦੇ ਵਿੱਚ ਨਾਮ ਨੇ ਜਿਵੇਂ ਜਸਵੀਰ ਇੰਜੀਨੀਅਰ ਦਾ ਤੇ ਹੋਰ ਕਾਫੀ ਸਾਰੇ ਨਾਮ ਨੇ। ਜਸਵੀਰ ਇੰਜੀਨੀਅਰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਆ ਮੁੰਡਾ ਤਾਂ ਕਰਕੇ ਮੈਂ ਉਹਦਾ ਜ਼ਿਕਰ ਕਰ ਰਿਹਾ ਹਾਂ। ਤਾਂ ਇਹਨਾਂ ਦੇ ਉੱਤੇ ਜਿਹੜਾ ਇੱਕ ਪਰਚਾ ਦਰਜ ਕੀਤਾ ਜਾਂਦਾ ਹੈਗਾ ਜਿਹੜਾ ਬਰਬਰ ਟੂਲ ਪਲਾਜ਼ੇ ਦੇ ਉੱਤੇ ਜਿਹੜਾ ਉਹ ਕਲੈਸ਼ ਹੁੰਦਾ ਹੈਗਾ ਤੇ ਪੁਲਿਸ ਨੇ ਜਿਹੜਾ ਬਾਈ ਡਿਟੇਲਡ ਜਿਹੜਾ ਲਿਖਿਆ ਹੋਇਆ ਪਰਚੇ ਦੇ ਵਿੱਚ ਵੀ ਰੋਕਿਆ ਗਿਆ, ਟ੍ਰੈਫਿਕ ਰੋਕਿਆ ਗਿਆ। ਉਸ ਤੋਂ ਬਾਅਦ ਪੁਲਿਸ ਦੇ ਰੋਕਣ ਦੇ ਬਾਵਜੂਦ ਉਦੋਂ ਬਾਅਦ ਭੀੜ ਵੱਲੋਂ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਹੈਗਾ। 150 ਤੋਂ 200 ਜਿਹੜਾ ਅਣਪਛਾਤਾ ਗਿਆ ਇਸ ਪਰਚੇ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ। ਇੱਥੇ ਜ਼ਿਕਰਯੋਗ ਇਹ ਹੀ ਆ ਵੀ ਪੁਲਿਸ ਨੇ 6 ਦਿਨ ਦਾ ਸਮਾਂ ਮੰਗਿਆ ਸੀ ਇੱਕ ਲਿਖਤ ਜਿਹੜਾ ਸਮਝੌਤਾ ਹੁੰਦਾ ਹੈਗਾ। ਉਹ ਟੀਮ ਜਿਹੜੀ 11 ਮੈਂਬਰੀ ਇਹਨਾਂ ਦੀ ਕਮੇਟੀ ਜਾਂ ਕਿਸਾਨ ਜਥੇਬੰਦੀਆਂ ਜਿਹਦੇ ਵਿੱਚ ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ ਜਿਹੜੇ ਆਜ਼ਾਦ ਕਿਸਾਨ ਜਥੇਬੰਦੀ ਹੈ ਜਿਹੜੀ ਨਵੀਂ ਬਣੀ ਆ, ਕਾਕਾ ਸਿੰਘ ਕੋਰਡਾ ਸਿੱਧੂਪੁਰ ਜਥੇਬੰਦੀ ਦੇ ਨੁਮਾਇੰਦੇ ਤੇ ਇੱਕ ਦੋ ਜਥੇਬੰਦੀਆਂ ਦੇ ਹੋਰ ਨੁਮਾਇੰਦੇ, ਉਹਨਾਂ ਵਿਚਕਾਰ ਲੱਖਾ ਸਿੰਘ ਸਧਾਣਾ ਹੁੰਦੇ ਨੇ ਜਿਹੜੇ ਅਨਾਊਂਸ ਕਰਦੇ ਨੇ। ਸੋ ਇਹ ਜਿਹੜਾ ਅਨਾਊਂਸਮੈਂਟ ਹੁੰਦੀ ਆ 6 ਦਿਨਾਂ ਦਾ ਟਾਈਮ ਪੀਰੀਅਡ ਮੰਗਿਆ ਜਾਂਦਾ ਹੈਗਾ। ਐਤਵਾਰ ਸੀਗਾ, ਐਤਵਾਰ ਨੂੰ ਛੱਡ ਕੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜਿਹੜਾ ਹਜੇ ਸ਼ਨੀਵਾਰ ਆਉਣਾ ਗਾ, ਅੱਜ ਵੀਰਵਾਰ ਆ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ। ਸੋ ਇਹ ਟਾਈਮ ਪੀਰੀਅਡ ਮੰਗਿਆ ਜਾਂਦਾ ਹੈਗਾ। ਹਜੇ ਭਾਨੇ ਸਿੱਧੂ ਦਾ ਬਾਹਰ ਆਉਣਾ ਜਾਂ ਨਾ ਆਉਣਾ ਉਹਦੇ ਤੇ ਵੀ ਹਜੇ ਪ੍ਰਸ਼ਨ ਚਿੰਨ ਬਣਿਆ ਹੋਇਆ, ਪਰ ਹਜੇ ਲਿਖਤ ਸਮਝੌਤਾ ਹੋਇਆਗਾ। ਪਰ ਉਸ ਦੇ ਦਰਮਿਆਨ ਆਹ ਪਰਚਾ ਹੋਣਾ, ਇਹ ਪਰਚਾ 3 ਤਰੀਕ ਨੂੰ ਹੋ ਗਿਆ ਸੀਗਾ ਸਾਡੇ ਕੋਲੇ ਜਦੋਂ ਹੀ ਖਬਰ ਆਈ। ਉਸ ਤੋਂ ਬਾਅਦ ਇਹ ਪਰਚਾ ਤੁਸੀਂ ਜਿਹੜਾ ਹੈਗਾ FIR ਇਹ ਡਾਊਨਲੋਡ ਵੀ ਕਰ ਸਕਦੇ ਹੋ। ਅਫੀਸ਼ੀਅਲ ਪੰਜਾਬ ਪੁਲਿਸ ਦੀ ਜਿਹੜੀ ਵੈਬਸਾਈਟ ਆ ਜਿੱਥੋਂ FIRs ਡਾਊਨਲੋਡ ਹੁੰਦੀਆਂ ਉੱਥੇ ਇਹ FIR ਮੌਜੂਦ ਆ ਧਨੌਲੇ ਥਾਣੇ ਦੇ ਵਿੱਚ। 3 ਤਰੀਕ ਨੂੰ 3/2/2024 17:47 ਜਾਣੀ ਕਿ ਸ਼ਾਮ ਦੇ ਟਾਈਮ ਇਹ ਜਿਹੜਾ ਪਰਚਾ ਗਾ ਇਹ ਦਰਜ ਕੀਤਾ ਹੋਇਆ ਗਾ। 12 ਵੱਖੋ ਵੱਖ ਧਾਰਾਵਾਂ ਲਾਈਆਂ ਗਈਆਂ, 17 ਬੰਦਿਆਂ ਦਾ ਬਾਏ ਨੇਮ ਤੇ 150 ਤੋਂ 200 ਬੰਦਾ ਅਣਪਛਾਤਾ ਜਿਹਦੇ ਵਿੱਚ ਪਰਚੇ ਦੇ ਵਿੱਚ ਜਿਹੜਾ ਡਿਟੇਲ ਡਿੱਕ ਲਿਖਿਆ ਹੋਇਆ ਗਾ। ਹੁਣ ਇਹ ਚੀਜ਼ ਜਿਹੜੀ ਸਾਰੀ ਜਿਹੜੀ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਆ ਭਾਨਾ ਸਿੱਧੂ ਦੇ ਉੱਤੇ, ਪਹਿਲਾਂ 4 ਪਰਚੇ ਨੇ ਅਮਨਾ ਸਿੱਧੂ ਦੇ ਉੱਤੇ, ਉਹਦੇ ਇੱਕ ਪਰਚੇ ਦੇ ਵਿੱਚ ਅਮਨਾ ਸਿੱਧੂ ਦਾ ਵੀ ਨਾਮ ਆ ਤੇ ਹੁਣ ਜੇ ਆਪਾਂ ਗੱਲ ਕਰਦੇ ਹਾਂ ਵੀ ਮੋਹਾਲੀ ਵਾਲੇ ਦੇ ਵਿੱਚ ਅਮਨਾ ਸਿੱਧੂ ਦਾ ਨਾਮ ਆ ਤੇ ਹੁਣ ਇੱਕ ਪਰਚੇ ਦੇ ਵਿੱਚ ਹੋਰ ਅਮਨਾ ਸਿੱਧੂ ਦਾ ਨਾਮ ਜਿਹੜਾ ਇਹ ਬੜਬੜ ਟੋਲ ਪਲਾਜ਼ੇ ਵਾਲਾ ਜਿਹੜਾ ਇਹ ਹੋਇਆ ਧਨੌਲਾ ਥਾਣਾ ਦੇ ਵਿੱਚ ਤੇ ਹੁਣ ਉਹਦੀ ਫੈਮਿਲੀ ਦੇ ਵਿੱਚ ਉਹਨਾਂ ਦੇ ਪਿਤਾ ਜੀ 2 ਉਹਨਾਂ ਦੀਆਂ ਸਿਸਟਰ ਉਹਨਾਂ ਦੇ ਉੱਤੇ ਪਰਚਾ ਤੇ 5 ਨੇ ਕੋਟਦੂਨੇ ਦੇ ਤੇ ਹੋਰ ਬਹੁਤ ਸਾਰੇ ਲੋਕ ਤੇ ਵੱਡਾ ਨਾਮ ਲੱਖਾ ਸਧਾਣਾ ਦਾ ਜਿਹੜਾ ਇਸ ਪਰਚੇ ਦੇ ਵਿੱਚ ਸ਼ਾਮਲ ਹੋਇਆਗਾ। ਸੋ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਇਸ ਵਕਤ ਦੀ ਵੀ ਬਾਈ ਨੇਮ ਜਿਹੜਾ 17 ਲੋਕਾਂ ਦੇ ਉੱਤੇ ਜਿਹੜਾ ਪਰਚਾ ਹੋਇਆਗਾ 3 ਤਰੀਕ ਨੂੰ ਜਿਹੜਾ ਬੜਬੜ ਟੋਲ ਪਲਾਜ਼ੇ ਦੇ ਉੱਤੇ ਇੱਕ ਜਿਹੜਾ ਉਹ ਤਸਵੀਰ ਦੇਖਣ ਨੂੰ ਮਿਲੀ ਸਾਨੂੰ ਉਸ ਨੂੰ ਲੈ ਕੇ। ਸੋ ਹੋਰ ਵੀ ਜੇ ਕੋਈ ਜਾਣਕਾਰੀ ਹੋਈ ਭਾਨਾ ਸਿੱਧੂ ਦੇ ਕੇਸ ਦੇ ਰਿਲੇਟਡ ਜਾਂ ਉਸ ਇਸ ਪਰਚੇ ਦੇ ਰਿਲੇਟਡ ਅਸੀਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ ਜੀ।